सड़क हादसे दिनों दिन वधदे जा रहे हैं, तो उदा ही अज गल करिए नाभा शहर की। नाभा शहर के एक रोड एक्सीडेंट होया जिस दे विच की टकरार इदा लग रही है जिदा काफ़ी वध नुकसान होया हो। गड्डी चालक सी जिस दे वलों गड्डी मारी गई, I-20 गड्डी दी टक्कर मारी गई, पर मौके ते जिस दे वलों टक्कर मारी गई वह फरार हो चुकिया। तो दस दिए जे जिहड़ी गड्डी दे विच टक्कर वजी सी वह हस्पताल दे विच दाखल ने, अते होर की कुछ हुई मौके ते लोग जिहड़े उत्थे मौजूद सन उन्हां नाल भी गलबात कराने, अते उत्थे दीआं मौके दीआं तस्वीरां भी तुहानूं विखाने। ਅਸੀਂ ਮੂਹਰੋਂ ਇੱਕ ਗੱਡੀ ਆ ਰਹੀ ਸੀ I-20, ਇੱਧਰੋਂ ਮੈਡਮ ਬਲੀਨੋ 'ਚ ਜਾ ਰਹੀ ਸੀ, ਉਹ I-20 ਵਾਲੀ ਤੇਜ਼ ਸੀ, ਉਹ ਤੋਂ ਕੰਟਰੋਲ ਨਹੀਂ ਹੋਈ, ਉਹਨੇ ਹੈਂਡ ਬ੍ਰੇਕ ਖਿੱਚੇ ਅਤੇ ਗੱਡੀ ਘੁੰਮ ਕੇ ਸਿੱਧੀ ਬਲੀਨੋ 'ਚ ਲੱਗੀ। ਹਾਂਜੀ, ਉਹ ਨੁਕਸਾਨ ਵੀਰੇ, ਗੱਡੀਆਂ ਦੋਹੇ ਮੂਹਰੋਂ ਖਤਮ ਹੋ ਗਈਆਂ, ਮੈਡਮ ਦੇ ਸਿਰ 'ਤੇ ਟਾਂਗੇ ਲੱਗੇ, ਮੁੰਡਾ ਅਤੇ ਕੁੜੀ ਨੂੰ ਕਸੈਂਟਰ ਵਾਲਾ ਭਜਾ ਕੇ ਲੈ ਗਿਆ, ਬਿਠਾ ਕੇ ਪੂਰੇ ਮੈਡਮ ਨੂੰ ਛੱਡ ਕੇ ਉਹ ਆਪ ਦਾ ਉਹਨਾਂ ਨੂੰ ਲੈ ਕੇ ਲੰਘ ਗਿਆ ਜੀ। ਹਾਂਜੀ, ਜਿਹਨੇ ਗੱਡੀ ਮਾਰੀ ਆ ਜੀ, ਉਹ ਪਿੱਛੇ ਹੋਰ ਵੀ 2-3 ਐਕਸੀਡੈਂਟ ਕਰਕੇ ਆਇਆ ਸੀਗਾ, ਉਹ ਨਾਲ ਦੀ ਨਾਲ 2 ਮੁੰਡਿਆਂ ਨੇ ਗੱਡੀ ਘਟਾ ਕੇ ਸਕਾਰਪੀਓ ਉਹਨਾਂ ਨੇ ਦੱਸਿਆ ਕਿ ਪਿੱਛੇ ਵੀ ਐਂ ਕਰਕੇ ਐਂ ਵੀ ਪਿੱਛੇ ਮਤਲਬ ਮੁੰਡਾ ਐਕਸੀਡੈਂਟ ਕਰਕੇ ਉਹਦੀ ਗੱਡੀ 'ਚ ਦਾਰੂ ਵੀ ਦੇਖੀ ਆ ਮੌਕੇ 'ਤੇ ਪਈ ਹੋਈ ਹੈ। ਜਿਹੜੇ ਭੱਜੇ ਆ ਜੀ ਮੁੰਡਾ, ਨਾਲ ਉਹਦੇ ਕੁੜੀ ਸੀਗੀ ਇੱਕ ਜੀ, ਔਰ ਰੱਜਿਆ ਪੈ ਤੀ ਦਾਰੂ ਨਾਲ, ਗੱਡੀ 'ਚੋਂ ਵੀ ਨਹੀਂ ਉਤਰਿਆ ਜਾ ਰਹੀ ਸੀ ਉਹਦੇ ਤੋਂ ਜੀ। ਨਹੀਂ ਨਹੀਂ ਵੀਰੇ, ਮੈਂ ਉੱਥੇ ਬਾਈਕ 'ਤੇ ਉਹਨਾਂ ਦੇ ਪਿੱਛੇ ਜਾ ਰਹੀ ਸੀਗੀ, ਬਲੀਨੋ ਦੇ ਮਗਰ ਸੀਗਾ ਮੈਂ, ਦੁਕਾਨ ਤੋਂ ਸਮਾਨ ਲੈ ਕੇ ਆ ਰਹੀ ਸੀ, ਮੈਨੇ ਅੱਖਾਂ ਨਾਲ ਆਪਦੇ ਸਾਹਮਣੇ ਐਕਸੀਡੈਂਟ ਹੁੰਦਾ ਦੇਖਿਆ। ਜਦ ਹੋਇਆ ਕਿ ਨਾ ਉਸ ਟਾਈਮ ਥੋੜ੍ਹੇ ਜਿਹੇ ਫਰਕ ਨਾਲ ਮੈਂ ਪਿੱਛੇ ਸੀਗਾ, ਤਾਂ ਮੈਨੂੰ ਉਹ ਮੌਕੇ 'ਤੇ ਜਾ ਕੇ ਪਤਾ ਲੱਗਿਆ ਵੀ ਗੱਡੀਆਂ ਦਾ ਐਕਸੀਡੈਂਟ ਹੋ ਗਿਆ, ਤਾਂ ਮਾਤਾ ਜੀ ਨੂੰ ਲੈ ਕੇ ਮੈਂ ਉਰੇ ਸਰਕਾਰੀ ਹਸਪੀਟਲ ਦੇ ਵਿੱਚ ਪਹੁੰਚਿਆ, ਅਤੇ ਮਾਤਾ ਜੀ ਦੇ ਸਿਰ ਦੇ ਵਿੱਚ ਸੱਟ ਲੱਗੀ ਹੋਈ ਆ ਅਤੇ ਟਾਂਕੇ ਲੱਗੇ ਨੇ ਇਹਨਾਂ ਦੇ ਸਿਰ ਦੇ ਵਿੱਚ। ਹਾਂਜੀ, ਨੱਕ 'ਤੇ ਵੀ ਥੋੜ੍ਹੀ ਜਿਹੀ ਸੱਟ ਲੱਗੀ ਆ, ਮੱਥੇ 'ਚ ਵੀ ਲੱਗੀ ਹੋਈ ਹੈ। ਹਾਂਜੀ, ਉਰੋਂ ਮੈਂ ਸੀ ਤਾਂ ਉਰੇ ਆ ਗਏ, ਫਿਰ ਪਿੱਛੋਂ ਭੱਜ ਗਏ ਹੁਣ ਜੀ। ਠੀਕ ਹੈ, ਇਲੈਕਸ਼ਨ ਡਿਊਟੀ ਸੀ ਇਹਨਾਂ ਦੀ ਸੁਨਾਮ, ਉੱਥੋਂ ਵਾਪਸ ਆ ਰਹੇ ਸੀ ਇਲੈਕਸ਼ਨ ਡਿਊਟੀ ਤੋਂ, ਅਤੇ ਆ ਕੇ ਜਦੋਂ ਨਾਭੇ ਬੋੜਾ ਗੇਟ ਦੇ ਵਿੱਚ ਖੱਬੇ ਪਾਸੇ ਨੂੰ ਮੁੜੇ ਨਾ, ਮੂਹਰੋਂ ਇੱਕ ਗੱਡੀ ਵਾਲੇ ਨੇ ਸਿੱਧੀ ਲਿਆ ਕੇ ਵਿੱਚ ਮਾਰੀ, ਉਹਦੀ ਸ਼ਰਾਬ ਪੀਤੀ ਹੋਈ ਸੀ ਅਤੇ ਉਹਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਵੀ ਪਈਆਂ ਸੀ ਗੱਡੀ ਦੇ ਵਿੱਚ, ਅਤੇ ਕਾਫੀ ਜਾਣੀ ਗੰਭੀਰ ਲੱਗੀਆਂ ਨੇ ਸੱਟਾਂ। ਹੁਣ ਪਤਾ ਲੱਗਿਆ ਨਹੀਂ, ਉਹ ਭੱਜ ਗਿਆ ਜੀ ਮੁਲਾਜ਼ਮ ਸੀ, ਜਿਹੜਾ ਮੁਲਜ਼ਮ ਸੀ ਗੱਡੀ ਵਾਲਾ, ਉਹ ਮਤਲਬ ਗੱਡੀ ਛੱਡ ਕੇ ਭੱਜ ਗਿਆ, ਸ਼ਰਾਬ ਪੀਤੀ ਹੋਈ ਸੀ ਗੱਡੀ ਦੇ ਵਿੱਚ, ਸ਼ਰਾਬ ਦੀਆਂ ਬੋਤਲਾਂ ਹੀ ਪਈਆਂ ਸੀ ਦੇਖੀਆਂ ਨੇ ਸੀ ਆ ਕੇ। ਮੈਡਮ ਗੱਡੀ ਵਿੱਚ ਇਕੱਲੇ ਹੀ ਆ ਰਹੇ ਸੀ? ਨਹੀਂ, ਇਕੱਲੇ ਹੀ ਆ ਰਹੇ ਸੀ, ਹਾਂ ਇਲੈਕਸ਼ਨ ਡਿਊਟੀ ਤੋਂ ਇਕੱਲੇ ਹੀ ਆ ਰਹੇ ਸੀ ਉੱਥੇ ਸੁਨਾਮ ਤੋਂ ਜੀ। ਇਹ ਸੁਨਾਮ ਡਿਊਟੀ ਸੀ ਇਹਨਾਂ ਦੀ ਪੋਸਟ ਆਫਿਸ 'ਚ, ਉੱਥੋਂ ਆ ਰਹੇ ਸੀ ਜਦੋਂ ਮਲੇਰਕੋਟ ਡਿਫੈਂਸ ਕਲੋਨੀ 'ਚ ਰਹਿੰਦੇ ਨੇ, ਮਲੇਰਕੋਟਲਾ ਰੋਡ ਤੋਂ ਜਦੋਂ ਘਰ ਨੂੰ ਜਾ ਰਹੇ ਸੀ, ਇਹ ਆਪਣੀ ਸਾਈਡ 'ਤੇ ਜਾ ਰਹੇ ਸੀ, ਪਰਲੀ ਸਾਈਡ ਰਾਈਟ ਸਾਈਡ 'ਤੇ ਪਾਣੀ ਖੜ੍ਹਾ ਸੀ, ਉੱਧਰੋਂ ਜਿਹੜੀ ਹੁੰਡਾਈ ਦੀ ਗੱਡੀ ਆ ਰਹੀ ਸੀ, ਬੰਦਾ ਇੱਕ ਤਾਂ ਡਰੰਕ ਸੀ, ਉਸ ਤੋਂ ਬਾਅਦ ਜਦੋਂ ਆਇਆ ਉਹਨੇ ਪਾਣੀ ਤੋਂ ਬਚਾਉਣ ਕਰਕੇ ਇੱਕਦਮ ਕੱਟ ਮਾਰਿਆ, ਗੱਡੀ ਸਪੀਡ 'ਚ ਸੀ ਅਤੇ ਇਹਨਾਂ ਦੀ ਗੱਡੀ ਜਾ ਕੇ ਲੱਗੀ। ਹਾਂਜੀ, ਨਹੀਂ ਇਹਨਾਂ ਦੇ ਤਾਂ ਕਾਫੀ ਸੱਟ ਲੱਗੀ ਹੈ ਜੀ। ਹਾਂਜੀ ਹਾਂ, ਫੈਮਿਲੀ ਰਿਲੇਸ਼ਨ ਨੇ ਸਾਡੇ, ਵਧੀਆ ਰਿਲੇਸ਼ਨ। ਹਾਂਜੀ ਹਾਂ, ਉਹ ਭੱਜ ਗਏ ਸੀ ਮੌਕੇ 'ਤੇ।